ਪੁਰਾਣੀਆਂ ਸਰਿੰਜਾਂ ਨਾਲ ਇੱਕ ਬੜਾ ਹੀ ਸੋਹਣਾ ਜਿਹਾ ਟੈਲੀਸਕੋਪ ਜੈਕ ਬਣਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ 4 ਵੱਖਰੇ ਵੱਖਰੇ ਸਾਈਜ਼ ਦੀਆਂ ਸਰਿੰਜਾਂ ਦੀ ਲੋੜ ਪਏਗੀ। ਪਹਿਲਾਂ ਤਾਂ ਇੱਕ 6 ml ਦੀ ਸਰਿੰਜ ਦੇ ਰਬੜ ਪਿਸਟਨ ਵਿੱਚ ਇੱਕ ਗਲੀ ਕਰੋ ਅਤੇ ਉਸ ਨੂੰ 2.5 ml ਦੀ ਸਰਿੰਜ ਦੇ ਨੋਜ਼ਲ ਵਿੱਚ ਫਿੱਟ ਕਰ ਦਿਓ। ਇਸੇ ਤਰ੍ਹਾਂ ਹੀ 10 ml ਦੀ ਸਰਿੰਜ ਨੂੰ 6 ml ਦੀ ਸਰਿੰਜ ਦੇ ਨੋਜ਼ਲ ਵਿੱਚ ਫਿੱਟ ਕਰੋ। ਇਸ ਕੰਮ ਲਈ ਤੁਸੀਂ ਗੂੰਦ ਦੀ ਵਰਤੋਂ ਵੀ ਕਰ ਸਕਦੇ ਹੋ। ਸਭ ਕੁਝ ਜੋੜਨ ਵੇਲੇ 6 ml ਦੀ ਸਰਿੰਜ 10 ml ਦੀ ਸਰਿੰਜ ਦੇ ਬੈਰਲ ਵਿੱਚ ਜਾਵੇਗੀ। ਹੁਣ ਤਿੰਨਾਂ ਸਰਿੰਜਾਂ ਦੇ ਫਲੈਂਜਸ ਜਾਂ ਹੈਂਡਲ ਵਿੱਚ 2 ਮੋਰੀਆਂ ਕਰੋ। ਹੁਣ ਕੁੱਲ 6 ਮੋਰੀਆਂ ਹੋਣਗੀਆਂ ਚਾਹੀਦੀਆਂ ਹਨ। ਹੁਣ ਹਰ ਫਲੈਂਜ ਨੂੰ ਇਕੱਲੇ ਇਕੱਲੇ ਧਾਗੇ ਨਾਲ ਸੀ ਦਿਓ। ਇਹ ਤੁਹਾਡੇ ਟੈਲੀਸਕੋਪ ਜੈਕ ਬਣ ਗਿਆ। ਹੁਣ 20 ml ਦੀ ਸਰਿੰਜ ਵਿੱਚ ਪਾਣੀ ਭਰ ਕੇ ਟੈਲੀਸਕੋਪ ਜੈਕ ਨਾਲ ਜੋੜੋ। ਇਸ ਲਈ ਤੁਸੀਂ ਸਲਾਈਨ ਟਿਊਬ ਦੀ ਵਰਤੋਂ ਕਰੋ। ਤੁਸੀਂ 20 ml ਸਰਿੰਜ ਨੂੰ ਦਬਾਓਗੇ ਤਾਂ ਤਿੰਨੋਂ ਸਰਿੰਜਾਂ ਫੈਲਣਗੀਆਂ ਇੱਕ ਇੱਕ ਕਰਕੇ, ਅਤੇ ਸਰਿੰਜ ਖਿੱਚਣ 'ਤੇ ਤਿੰਨੋਂ ਵਾਪਸ ਆਪਸ ਆ ਜਾਣਗੀਆਂ ਆਪਣੀ ਜਗ੍ਹਾ 'ਤੇ ਆ ਜਾਣਗੀਆਂ। ਤੁਸੀਂ ਇਸ ਟੈਲੀਸਕੋਪ ਜੈਕ ਨਾਲ ਇੱਕ ਖਿਡੌਣਾ ਗੱਡੀ ਵੀ ਚੁੱਕ ਸਕਦੇ ਹੋ। ਰੰਗਾਂ ਵਾਲੇ ਪਾਣੀ ਦੀ ਵਰਤੋਂ ਨਾਲ ਇਹ ਹੋਰ ਨਿੱਖਰ ਕੇ ਆਉਂਦਾ ਹੈ ਅਤੇ ਬਹੁਤ ਖੂਬਸੂਰਤ ਲੱਗਦਾ ਹੈ।